ਕਿੱਥੋਂ ਲੈ ਕੇ ਲਿਆਇਆ ਸਾਨੂੰ ਪਤਾ ਨਹੀਂ ਕਿਵੇਂ ਪਾ ਦਿੱਤਾ ਸਾਡਾ ਮੁੰਡਾ ਦੇ ਜਾਣ ਸਾਨੂੰ ਸਾਡੀ ਕੋਈ ਗੱਲ ਨੀ ਸੁਣੀ ਸਾਡੇ ਵਿਆਹਾਂ ਚ ਕਰ ਫਰੋਲੇ ਪੋਤਲੇ ਫਰੋਲੇ ਸਾਡੇ ਤੁਸੀਂ ਕਿੱਥੇ ਵਿਆਹ ਕਰਾਇਆ ਕਿਹਦੇ ਨਾਲ ਕਰਾਇਆ ਆਹਾ ਕੁਛ ਪੁਲਿਸ ਵਾਲੇ ਨੇ ਐਸਪੀ ਨੇ ਸਾਥੋਂ ਪੁੱਛਿਆ ਮੇਰਾ ਨਾਂ ਊਸ਼ਾ ਹੈ ਬਾਈ। ਅਸੀਂ ਤੂੜੀ ਲੈਣ ਗਏ ਸੀ ਤਿੰਨੇ, ਮੇਰਾ ਛੋਟਾ ਮੁੰਡਾ ਤੇ ਵੱਡੀ ਕੁੜੀ ਤੇ ਮੈਂ। 3:30 ਦਾ ਟਾਈਮ ਸੀ ਜਦੋਂ ਅਸੀਂ ਤੂੜੀ ਲੈਣ ਗਏ ਆ ਤੇ ਸਾਡੇ ਆਉਂਦਿਆਂ ਨੂੰ ਸਾਡੇ ਬਾਰ ਦੇ ਵਿੱਚ ਬੈਠਾ ਸੀ ਕੋਲੇ ਕਾਲਾ ਬੈਗ ਤੇ ਛੋਟਾ ਜਿਹਾ ਝੋਲਾ ਸੀ ਇਹਦੇ ਕੋਲ। ਬਾਰ ਦੇ ਵਿੱਚ ਮੇਰੀ ਕੁੜੀ ਦੇ ਆਹਮਣੋ ਸਾਹਮਣੇ ਹੋਏ ਬੈਠੇ ਆ ਦੋਨੇ ਤੇ ਮੈਂ ਦੂਰੋਂ ਦੇਖ ਕੇ ਹੱਸ ਕੇ ਮੈਂ ਕਿਹਾ ਸ਼ੁਕਰ ਹੈ ਮੈਂ ਕਿਹਾ ਦੋਨੇ ਇਕੱਠੇ ਬੈਠੇ ਆ ਮੈਂ ਕਿਹਾ ਤੇ ਮੈਨੂੰ ਲੱਗਦੀ ਆ ਗਿਆ ਹੋਣਾ ਇਹ ਇੱਥੇ। ਬਾਅਦ ਮੈਂ ਇਹ ਕਹਿੰਦੀ ਆ ਕਹਿੰਦੀ ਕਿ ਮੰਮੀ ਇੱਕ ਤੁਸੀਂ ਤੂੜੀ ਲਾ ਲਓ ਕਹਿੰਦੀ ਉਹ ਕੁੜੀ ਮੈਨੂੰ ਮੇਰੀ ਵੱਡੀ ਕਹਿੰਦੀ ਤੂੜੀ ਲਾ ਲਓ ਫਿਰ ਚਾਹ ਬਣਾਉਂਦੇ ਆ ਕਹਿੰਦੀ ਗੋਲੂ ਆਇਆ। ਮੈਂ ਕਿਹਾ ਹਾਂ ਮੈਨੂੰ ਦਿਸ ਗਿਆ ਕੰਜਰ ਨੇ ਮਹਾਂ ਮੈਨੂੰ ਤਾਂ ਬੁਲਾਇਆ ਹੀ ਨੀਗਾ ਤੇ ਬੈਠਾ ਤੇ ਹੱਸ ਕੇ ਜੇ ਤੇ ਸ਼ੰਮੂ ਨੂੰ ਆਂਦਾ ਕਿ ਸ਼ੰਮੂ ਅਗਰ ਚਾਹ ਨੀ ਮੈਂ ਪੀਂਦਾ ਤੇ ਮੈਂ ਜਾਣਾ ਭੱਠੇ ਤੇ ਆਂਦਾ ਮੈਂ ਲੇਟ ਹੋ ਜਾਊਂਗਾ ਕਿ ਮੈਂ ਚਾਚੇ ਕੋਲੇ ਜਾਣਾ ਕਹਿੰਦਾ ਪਤਾ ਕਰਕੇ ਆਉਣਾ ਕੰਮ ਦਾ ਤੇ ਆਪਾਂ ਇਕੱਠੇ ਰਹਿਣ ਲੱਗ ਜਾਂਗੇ ਤੇ ਮੰਮੀ ਤਾਂ ਆਂਦਾ 4-5 ਬੰਦੇ ਰਾਤ ਨੂੰ ਵਾੜ ਲੈਂਦੀ ਹੈ ਕਹਿੰਦਾ ਤੇ ਕਰਨਾ ਵੀ ਆਂਦਾ 11 ਤਾਂ ਕੱਟਤਾ ਸੀ ਉਹਨੇ ਨਿਕਲ ਗਿਆ ਸੀ ਲੜ ਕੇ ਤੇ ਆਂਦਾ ਮੈਨੂੰ ਕਹਿ ਦਿੰਦੀ ਮੈਂ ਪੈਸੇ ਲਿਆਉਂਗੀ ਤੈਨੂੰ ਪੈਸੇ ਦੇ ਕੇ ਤੇਰਾ ਘਰ ਵਸਾਉਂਗੀ ਤੇ ਕਹਿੰਦੀ ਹੈ ਕਿ ਮੁੜ ਕੇ ਉਹਨੂੰ ਜਦੋਂ ਕਰਨਾ ਤਾਂ ਕਹਿੰਦਾ ਰਾਤ ਨੂੰ ਆ ਜਾਂਦਾ ਤੇ 5-4 ਬੰਦੇ ਨਾਲ ਹੋਰ ਲੈ ਆਉਂਦਾ ਤੇ ਬਾਅਦ ਮੈਂ ਆਂਦਾ ਜਦੋਂ 4-5 ਬੰਦੇ ਉਹ ਤਾਂ ਲੈ ਜਾਂਦਾ ਸੁਬਾਹ ਨੂੰ ਤੇ ਦਿਨੇ ਕਹਿੰਦਾ ਹੋਰ ਬੰਦੇ ਲਿਆਉਂਦੀ ਕਹਿੰਦਾ ਮੈਨੂੰ ਤਾਂ ਇਹਨਾਂ ਨੇ ਮਾਰ ਘੱਤਿਆ ਕਹਿੰਦਾ ਮੈਂ 2 ਮਹੀਨੇ ਕਹਿੰਦਾ ਰੋ ਰੋ ਕੇ ਰਾਤਾਂ ਦਿਨ ਕੱਢਦਾ ਕਹਿੰਦਾ ਤੇ ਮੈਂ ਇੱਥੋਂ ਹੋ ਗਈ ਗਲਤੀ ਕਹਿੰਦਾ ਵੀ ਮੈਂ ਜਿਹੜਾ ਤੈਨੂੰ 2 ਮਹੀਨੇ ਹੋ ਗਏ ਮੈਂ ਤੇਰੇ ਤੋਂ ਪਾਸੇ ਹੋ ਗਿਆ ਬੱਚਿਆਂ ਤੋਂ ਪਾਸੇ ਹੋ ਗਿਆ। ਤੁਸੀਂ ਪੋਸਟਮਾਰਟਮ ਕਰਾਉਣ ਦੇ ਲਈ ਕਾਤੋਂ ਮਤਲਬ ਅਸੀਂ ਜਾਂਦੇ ਸੀਗੇ ਕਾਦੇ ਵਾਸਤੇ ਮਤਲਬ ਉਹਨਾਂ ਦਾ ਪਰਿਵਾਰ ਹੈਗਾ ਵੀ ਹੈ ਨਾ ਉਹਨਾਂ ਨੇ ਉਹ ਆਏ ਨੀ ਅਸੀਂ ਤਾਂ ਉਹਨਾਂ ਨੂੰ ਕਹਿੰਦੇ ਖੁਸ਼ੀ ਮਾਮਲੇ ਲੈ ਜਾਣ ਸਾਡੇ ਨਾਲ ਸਮੱਸਿਆ ਨਾਲ ਲੈ ਜਾਣ ਉਹ ਸਾਨੂੰ ਕਹਿੰਦੇ ਆ ਇਹਨਾਂ ਨੂੰ ਮੁਲਾਜ਼ਮਾਂ ਨੂੰ ਪੁੱਛਿਆ ਕਿਉਂ ਨੀ ਜੀ ਕਹਿੰਦਾ ਸਾਰੇ ਜੀ ਇਹ 7 ਸਾਲਾਂ ਦੇ ਸਾਡੇ ਕੋਲ ਰਹਿੰਦਾ ਛੋਟਾ ਜਿਹਾ ਬਚਪਨ ਤੋਂ ਹੀ ਜਾਣੀ ਕਿ ਲਵ ਮੈਰਿਜ ਹੋਈ ਸੀ ਇਹਨਾਂ ਦੀ ਬੱਚਿਆਂ ਦੀ ਮੈਂ ਕੁੜੀ ਗੋਦ ਦਿੱਤੀ ਹੋਈ ਸੀ ਮਲੋਟ ਤੇ ਇਹਨਾਂ ਦੀ ਹੋਈ ਸੀ ਲਵ ਮੈਰਿਜ ਉਹਨੇ ਇਹਨਾਂ ਦੀ ਸ਼ਾਦੀ ਵੀ ਕਰਾਈ ਹੈ ਆਪਣੇ ਗਿੱਦੜਵਾ ਦੇ ਵਿੱਚ ਆਨੰਦ ਹੋਏ ਆ ਗੁਰਦੁਆਰੇ ਦੇ ਵਿੱਚ ਤੇ ਇਹਨਾਂ ਦੇ ਜਦੋਂ ਆਨੰਦ ਹੋਏ ਇਹਨੂੰ ਬੱਚਾ ਹੋਣ ਵਾਲਾ ਸੀ ਕੁੜੀ ਨੂੰ 3 ਮਹੀਨੇ ਉਹਨੇ ਆਨੰਦ ਦੇਤੇ ਕਹਿੰਦੀ ਵੀ ਬੱਚਾ ਹੋਣ ਵਾਲਾ ਚੱਲ ਆਨੰਦ ਦੇ ਦਿੰਨੇ ਆ ਮੁੰਡੇ ਦੇ ਪਰਿਵਾਰ ਵੱਲੋਂ ਹੋਇਆ ਸੀ ਹਾਂ ਅਸੀਂ ਹੈ ਨਹੀਂ ਸੀਗੇ ਨਾਲ ਨੰਦਾ ਤੇ ਸੱਤ ਚੋਰੀਆਂ ਵਿਆਹ ਕੀਤਾ ਇਹਨਾਂ ਨੇ ਵੀ ਇਹਨਾਂ ਨੂੰ ਪਤਾ ਨਾ ਲੱਗ ਜੇ ਇਹਨਾਂ ਨੇ ਚੋਰੀਆਂ ਹੀ ਵਿਆਹ ਕੀਤਾ ਇਹਦਾ ਕੁੜੀ ਦਾ ਮੇਰੀ ਦਾ ਨਹੀਂ ਹੁਣ ਪੋਸਟਮਾਰਟਮ ਦੀ ਗੱਲ ਕਰਦੇ ਆ ਤਾਂ ਪੋਸਟਮਾਰਟਮ ਕਰਵਾਉਣ ਦੇ ਲਈ ਇਹਨਾਂ ਦੇ ਪਰਿਵਾਰ ਨਾਲ ਸਹਿਮਤੀ ਤੁਹਾਡੀ ਕਿਉਂ ਨਹੀਂ ਬਣ ਰਹੀ ਭਾਈ ਉਹ ਕਹਿੰਦੇ ਪਹਿਲਾਂ ਇਹਨਾਂ ਤੇ ਕੇਸ ਪਾਓ ਸਾਰੇ ਟੱਬਰ ਦੇ ਉੱਤੇ ਕਹਿੰਦੇ ਇਹਨਾਂ ਨੂੰ ਅੰਦਰ ਕਰੋ ਜੇਲ੍ਹ ਹੋਵੇ ਇਹਨਾਂ ਨੂੰ ਤੇ ਬਾਅਦ ਮੈਂ ਕਰਾਵਾਂਗੇ ਕੀ ਨਾਮ ਇੰਸਪੈਕਟਰ ਬਲਵਿੰਦਰ ਸਿੰਘ ਥਾਣਾ ਸਦਰ ਬਠਿੰਡਾ ਜੀ ਕੀ ਮਾਮਲਾ ਕੀ ਹੋਇਆ ਪੂਰਾ ਇੱਥੇ ਹੰਗਾਮਾ ਇਹ ਕੁਲਦੀਪ ਸਿੰਘ ਉਰਫ ਗੋਲੂ ਨੇ ਮਿਰਕ ਕਲਾਂ ਤੋਂ ਤੇ ਸੁਸਾਈਡ ਕੀਤਾ ਸੀ ਸੂਏ ਦੀ ਪੱਟੜੀ ਦਰਖਤਾਂ ਲੜ ਕੇ ਸੁਸਾਈਡ ਕੀਤਾ ਤੇ ਉਹਦੇ ਸੰਬੰਧ 'ਚ ਉਹਦੀ ਵਾਈਫ ਦੇ ਬਿਆਨਾਂ 'ਤੇ ਕਾਰਵਾਈ ਕੀਤੀ ਜਾ ਰਹੀ ਆ
ਤੇ ਉਹਦੇ ਨਾਲ 8 ਸਾਲ ਹੋ ਗਏ ਵਿਆਹ ਹੋਏ ਨੂੰ ਤੇ ਦੋ ਬੱਚੇ ਆ, ਇੱਕ 6 ਸਾਲ ਦਾ ਬੇਟਾ, ਇੱਕ 5 ਸਾਲ ਦਾ ਬੇਟਾ, ਤੇ ਉਹਨਾਂ ਦੇ ਵਿਆਹ ਦੀ ਕਾਰਵਾਈ ਕੀਤੀ ਜਾ ਰਹੀ ਹੈ। ਸਰ ਹੰਗਾਮੇ ਦਾ ਕਾਰਨ ਕੀ ਦੇਖ ਰਹੇ ਹੋ ਤੁਸੀਂ, ਕਿਉਂਕਿ ਲੜਕੀ ਦੇ ਪਰਿਵਾਰ, ਲੜਕੇ ਦੇ ਪਰਿਵਾਰ ਵੱਲੋਂ ਹੰਗਾਮਾ ਕੀਤਾ ਜਾ ਰਿਹਾ ਹੈ, ਪੁਲਿਸ ਦੇ ਉੱਤੇ ਐਲੀਗੇਸ਼ਨ ਨੇ ਕਿ ਇਸ ਗੱਲ ਨੂੰ ਲੈ ਕੇ ਪੁਲਿਸ ਨੇ ਉਹਨਾਂ ਦੇ ਪਰਿਵਾਰ ਨੂੰ ਸਿੱਖਿਆ ਹੈ? ਨਹੀਂ ਜੀ, ਕੋਈ ਐਲੀਗੇਸ਼ਨ ਨਹੀਂ ਜੀ। ਇਹ ਲੜਕਾ ਇੱਥੇ ਹੀ ਰਹਿ ਰਿਹਾ ਸੀ ਪਿਛਲੇ 20 ਸਾਲਾਂ ਤੋਂ, ਫਿਰਕਲਾਂ ਪਿੰਡ ਹੀ ਰਹਿ ਰਿਹਾ ਸੀ ਆਪਦੀ, ਪਹਿਲਾਂ ਉਹਦੇ ਪਿਓ ਨਾਲ ਰਹਿਣਾ ਸੀ, ਉਸ ਤੋਂ ਬਾਅਦ ਘਰ ਵਾਲੀ ਨਾਲ ਰਹਿ ਰਿਹਾ ਪਿਛਲੇ 8 ਸਾਲਾਂ ਤੋਂ, ਇਹਨਾਂ ਦੇ ਪਰਿਵਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ। ਫਿਰ ਇਹ ਪਰਿਵਾਰ ਦੇ ਜਿਹੜੇ ਬਿਆਨ ਨੇ ਇਹ ਕਹਿ ਰਹੇ ਨੇ ਕਿ ਪੁਲਿਸ ਨੇ ਉਹਨਾਂ ਨੂੰ ਪੁੱਛਿਆ ਨਹੀਂ, ਨਾ ਹੀ ਲਾਉਣ ਵੇਲੇ ਤੇ ਨਾ ਪੋਸਟਮਾਰਟਮ ਵੇਲੇ, ਨਾ ਹੀ ਹੁਣ ਤੱਕ ਦਾ ਜਿਹੜਾ ਕਾਰਨ। ਦੇਖੋ ਜੀ, ਅਸੀਂ ਇਹਨਾਂ ਦੇ ਬਿਆਨ ਲਿਖਣ ਨੂੰ ਤਿਆਰ ਹਾਂ ਜੀ, ਇਹਨਾਂ ਦੇ ਬਿਆਨ ਨੂੰ ਆਖੇ ਵੀ ਦਿਖਾਓ ਜੋ ਬਿਆਨ ਸਾਰੇ ਨੂੰ, ਤੇ ਇਹਨਾਂ ਦੀ ਮਾਂ ਇਹਨਾਂ ਤੋਂ ਇਹਨੂੰ ਛੱਡ ਕੇ ਕਰੀਬਨ 15 ਸਾਲ ਪਹਿਲਾਂ ਚਲੀ ਗਈ ਸੀ ਇੱਥੋਂ, ਤੇ ਕੱਲ੍ਹ ਇਹਨੇ ਮਾਤਾ ਆਈ ਆ ਇਹ ਕਰਕੇ, ਤੇ ਇਹ ਬੇਟਾ ਇਹਨਾਂ ਕੋਲ ਪਿਛਲੇ 1.5 ਮਹੀਨਾ ਮਾਤਾ ਕੋਲ ਲਾ ਕੇ ਆਇਆ, ਹੁਣ ਆਪਣੇ ਘਰ ਵਿੱਚ ਰਹਿ ਰਿਹਾ ਸੀ। ਤੁਸੀਂ ਕੀ ਕਾਰਵਾਈ ਕਰ ਰਹੇ ਹੋ, ਪੋਸਟਮਾਰਟਮ ਕਰਵਾ ਰਹੇ ਹੋ ਜਾਂ ਇਹਨਾਂ ਦੇ ਪਰਿਵਾਰ ਨਾਲ ਸਹਿਮਤੀ ਬਣਾਉਣ ਤੋਂ ਪਹਿਲਾਂ? ਨਹੀਂ, ਪੋਸਟਮਾਰਟਮ ਕਰਵਾ ਰਹੇ ਹਾਂ, 174 ਦੀ ਕਾਰਵਾਈ ਕਰ ਰਹੇ ਹਾਂ।